ਸਿਰ ਚ ਪਤਾ ਨੀ ਕੀ ਪੈਂਦਾ ਪਿਆ। ਅਸਲਾਮ ਵਾਲੇਕੁਮ ਨਾਜ਼ਰੀਨ, ਕੀ ਹਾਲ ਚਾਲ ਹੈ ਤਮਾਮ ਦੋਸਤਾਂ। ਮੈਂ ਤੁਹਾਡਾ ਸੱਜਣ ਤੇ ਮਿੱਤਰ ਅਰਬਾਜ਼ ਸਾਦਿਕ। ਅੱਜ ਅਸੀਂ ਸਾਰੀ ਦਿਹਾੜੀ ਇੱਥੇ ਮੌਜੂਦ ਹੈਗੇ ਸੀ ਉਸਤਾਦ ਇਮਰਾਨ ਗੁੱਜਰ, ਸ਼ਾਨ ਗੁੱਜਰ ਇੰਟਰਚੇਂਜ, ਉਹਨਾਂ ਦੀ ਛੱਤ 'ਤੇ। ਤਿੰਨ ਕਬੂਤਰ ਰਾਤ ਰਹਿ ਗਏ, ਚਾਰ ਇਹਨਾਂ ਦੇ ਕਬੂਤਰ ਬੈਠੇ ਨੇ। 5:07 ਦੇ ਕਰ ਪਹਿਲਾ ਪੋਲੇ 3, ਔਰ ਬਹੁਤ ਅੱਛੀ ਐਵਰੇਜ ਇਹਨਾਂ ਦੀ ਬਣਦੀ ਪਈ ਸੀ। ਅਗਰ ਇਹਨਾਂ ਦੇ 3 ਕਬੂਤਰ ਬਹਿੰਦੇ ਔਰ ਮੌਸਮ ਖਰਾਬ ਨਾ ਹੁੰਦਾ ਤਾਂ ਮੇਰੇ ਹਿਸਾਬ ਨਾਲ ਲਾਹੌਰ 'ਚ ਇਹਨਾਂ ਜਿੰਨੀ ਐਵਰੇਜ ਕਿਸੇ ਦੀ ਨਹੀਂ ਬਣਨੀ ਸੀ। ਔਰ ਅਸੀਂ ਓਵਰ ਟਾਈਮ ਹੋ ਗਏ, ਮਤਲਬ ਕਿ ਟਾਈਮ ਅਪ ਹੋ ਗਿਆ ਅਤੇ ਅਸੀਂ ਬੈਠੇ ਹੋਏ ਅਤੇ ਐਸਾ ਤੂਫਾਨ ਔਰ ਐਸੀ ਹਨੇਰੀ ਚੱਲੀ ਕਿ ਅਸੀਂ ਪਰੇਸ਼ਾਨ ਹੋ ਗਏ ਹਾਂ। ਇੱਥੇ ਸਾਡੇ ਨਾਲ ਬੜੇ ਬੜੇ ਅੱਛੇ ਦੋਸਤ ਮੌਜੂਦ ਨੇ, ਰਾਣਾ ਨੀਰ ਸਾਹਿਬ ਜਿਹੜੇ ਕਿ ਉਸਤਾਦ ਨੇ, ਸ਼ਾਨ ਗੁੱਜਰ ਸਾਹਿਬ ਦੇ ਉਹ ਵੀ ਮੌਜੂਦ ਹੈਗੇ ਨੇ। ਔਰ ਹਨੇਰ ਚੱਲ ਪਿਆ ਔਰ ਅਸੀਂ ਇੱਕ ਕਮਰੇ ਇਹਦੇ ਅੰਦਰ ਬੈਠੇ ਹੋਏ ਹਾਂ ਸਾਰੇ ਭਰਾ ਮਿਲ ਕੇ, ਲੁੱਕ ਕੇ ਮਤਲਬ ਕਿ ਕਹਾਂਗੇ, ਅਤੇ ਇਰਫਾਨ ਸਾਹਿਬ ਨਾਲ ਗੱਲਾਂ ਕਰਨੇ, ਉਸਤਾਦ ਹੋਰਾਂ ਨਾਲ ਗੱਲਾਂ ਕਰਨੇ। ਪਹਿਲੇ ਬਾਹਰ ਦਾ ਤੁਹਾਨੂੰ ਤੂਫਾਨ ਭਾਈ ਹੈ, ਬੱਤੀ ਵੀ ਚੱਲੇ ਪਹਿਲੇ ਤਾਂ ਸਾਰੇ ਦੋਸਤਾਂ ਨੂੰ ਅਸਲਾਮ ਅਲੈਕੁਮ ਜੀ। ਵੈਦਰ ਦੱਸਿਆ ਸੀ 43-44-45, ਕਬੂਤਰ ਜੇਠ ਵਾਲੇ ਪਾਏ ਨੇ ਤੇ ਮੌਸਮ 38-40 ਵੀ ਨੀ ਹੋਇਆ ਯਾਰ। ਡਰ ਵੀ ਲੱਗਦਾ ਕਿ ਸਿਰ ਚ ਕੁਛ ਹੈ ਨਾ। ਬਾਜੀ ਮੈਂ ਤੁਹਾਨੂੰ ਕਹਿੰਦਾ ਤੂਫਾਨ ਇੰਨੀ ਦੂਰੋਂ ਹਨੇਰੇ ਨਜ਼ਰ ਨੀ ਨਾ ਆਣਾ। ਦੁਪਹਿਰ ਨੂੰ ਵੀ ਮੌਸਮ ਹੋਇਆ। ਅੱਛਾ, ਅਸੀਂ ਸਾਰੇ ਸਾਡੇ ਉਸਤਾਦਾਂ ਨੇ ਮੌਸਮ ਦੀ ਵਜ੍ਹਾ ਤੋਂ ਬਦਲਿਆ ਸੀ ਐ ਡੇਟ ਜਿਹੜੀ ਬਦਲੀ ਸੀ ਸੰਡੇ ਨੂੰ, ਫਰਾਈਡੇ ਨੂੰ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ। ਵੈਦਰ ਨੇ ਦੇਖੋ ਨਾ, ਇਹ ਰੱਬ ਦੀ ਕੁਦਰਤ ਤੇ ਰੱਬ ਦੀ ਸ਼ਾਨ ਹੈ। ਇਹਨਾਂ ਨੇ ਸਾਰੇ ਉਸਤਾਦਾਂ ਨੇ ਰਲ ਕੇ ਅੱਛਾ ਫੈਸਲਾ ਕੀਤਾ ਹੈ ਕਿ ਇਤਵਾਰ ਨੂੰ ਕਬੂਤਰ ਨਾ ਲਾਇਆ। ਹੁਣ ਉਹ ਇਤਵਾਰ ਨੂੰ ਕੀ, ਅੱਜ ਹੀ ਸਾਰਾ ਲਾਹੌਰ ਦਾ ਕੰਮ ਖਰਾਬ ਹੋ ਗਿਆ। ਕਿਸੇ ਦੇ ਛੇਤੀ ਪੈ ਗਏ ਨੇ, ਕਿਸੇ ਦੇ ਬੈਠੇ ਹੀ ਨਹੀਂ। ਬੜੀਆਂ ਬੜੀਆਂ ਕਿੰਗ ਛੱਤਾਂ, ਐਡੇ ਤਗੜੇ ਕਬੂਤਰ ਕੱਢ ਕੇ ਤਿਆਰੀ ਵਾਲੇ ਪਾਏ ਸੀ ਜੇਠ ਵਾਲੇ। ਜੇਠ ਵਾਲੇ ਸਾਡੇ 3 ਕਬੂਤਰ ਰਾਤ ਰਹਿ ਗਏ, ਸਾਨੂੰ ਨਾ ਸਾਨੂੰ ਨੀਂਦ ਆਣੀ, ਕੋਈ ਵੀ ਨਹੀਂ ਆਣੀ, ਬੈਠੇ ਤੁਹਾਡੇ ਸਾਹਮਣੇ ਬੈਠੇ। ਸਹੀ ਗੱਲ ਹੈ, ਜੇਠ ਲੱਗਣਾ ਵੀ ਅੱਗੋ ਸਾਰਾ ਕੁਝ ਹੋਣਾ, ਕੱਟ ਦੀਆਂ ਬਾਜ਼ੀਆਂ ਪੈਕੇ ਦੀਆਂ, ਥੜੇ ਦੀਆਂ ਬਾਜ਼ੀਆਂ, ਬੇਭਾਅ ਬਾਜ਼ੀਆਂ ਲੱਗਣੀਆਂ। ਕਬੂਤਰ ਵੱਡੇ ਦਿਨੇ ਰਾਤ ਰਹਿ ਗਏ ਨੇ, ਹੁਣ ਰਾਤ ਰਿਹਾ ਕਬੂਤਰ ਤੇ ਬੱਕਾਂ ਨਾਲ ਆਉਂਦਾ। ਉੱਤੋਂ ਜਿਹੜਾ ਮੌਸਮ ਬਣ ਗਿਆ ਬੜਾ ਮੁਸ਼ਕਿਲ ਹੋਇਆ। ਤੂਫਾਨ ਹੈ, ਤੁਸੀਂ ਬਾਹਰ ਦੇਖਦੇ ਪਏ, ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਕਿੱਥੇ ਭਾਈ ਨਸੀਬਾਂ ਦੀ ਗੱਲ ਹੈ। ਬੰਦਾ ਕਰ ਦਿੰਦਾ, ਨਵਾਂ ਹੀ ਟ੍ਰੈਂਡ ਚੱਲਿਆ, ਉਹ ਭੈਣ ਚੋਂ ਫੋਨ ਹੀ ਬੰਦ ਕਰ ਦਿੰਦੇ, ਬਣ ਗਏ ਭਾਂਡੇ, ਨਾ ਕਬੂਤਰ ਲੱਭਦੇ ਨਾ ਪੈਸੇ ਲੱਭਦੇ ਨੇ। ਤੇ ਜਦੋਂ ਲੋਕ ਇਹੋ ਜਿਹੇ ਪੁੱਠੇ ਕੰਮ ਕਰਦੇ, ਤੂਫਾਨ ਵੀ ਆਉਂਦੇ ਨੇ। ਮੌਸਮ ਵਿੱਚ ਕਹਿੰਦੇ ਜੀ 42-43 ਗਰਮੀ ਹੋਏਗੀ, ਗਰਮੀ 42-43 ਨਹੀਂ ਹੋਈ। ਅੱਛੇ ਕਬੂਤਰ ਪਾਏ ਸੀ ਜੇਠ ਵਾਲੇ, ਕਬੂਤਰ ਵੀ ਲਾਇਆ ਹੋ ਗਿਆ, ਮੌਸਮ
ਅੱਛਾ ਉੱਤੋਂ ਜਿਹੜੇ ਰਾਤ ਰਹੇ ਨੇ ਉਹਨਾਂ ਦਾ ਕੀ ਕਵਾਂਗੇ ਅਸੀਂ, ਆਣਗੇ ਕਿ ਨਹੀਂ ਆਣਗੇ? ਹੁਣ ਤੇ ਨਹੀਂ ਕਹਿ ਸਕਦੇ ਕੁਝ ਵੀ, ਪਹਿਲੇ ਤਾਂ ਅਸੀਂ ਮੀਤ ਇਨਸ਼ਾਅੱਲਾ ਤਾਲਾ ਸੁਬਾ ਤਿੰਨੋਂ ਹੀ ਆ ਜਾਂਦੇ ਹਾਂ। ਉਹਨਾਂ ਚੋਂ ਅੰਡੇਰ ਹੈ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਸਹੀ ਗੱਲ ਹੈ। ਹੋਰ ਗਰਮੀ ਦੋ ਤਿੰਨ ਦਿਨਾਂ ਤੋਂ ਬੜੀ ਪੈ ਰਹੀ ਸੀ, ਲੇਕਿਨ ਅੱਜ ਪੈ ਰਹੀ। ਹਾਂਜੀ ਅਜੀਬ ਹੀ ਸੀ, ਅਜੀਬ ਹੀ ਬਿਲਕੁਲ, ਜੋ ਕਿਹਾ ਸੀ ਉਸ ਤਰ੍ਹਾਂ ਹੋਇਆ ਵੀ ਨਹੀਂ। ਹਾਂ ਤੇ ਗਰਮੀ ਨਹੀਂ ਪਈ, ਕਬੂਤਰ ਵੀ ਗਵਾ ਲਿਆ। ਗਰਮੀ ਵਾਲੇ ਕਬੂਤਰ ਨੇ ਮਾਸ਼ਾਅੱਲਾ, ਕਬੂਤਰੀ ਹੈ ਕਈ ਸਾਲਾਂ ਤੋਂ ਉੱਡਦੀ ਲੈ ਆ ਰਹੀ, 5 ਸਾਲ ਤੋੜਦੀ ਆ ਰਹੀ, 5 ਸਾਲ ਤੇ ਰਾਤ ਰਹਿ ਰਹੀ ਭੈਣ। ਕਿੱਥੇ ਇਸ ਟੈਂਪਰੇਚਰ ਬਹਿੰਦੀ ਹੈ? ਉਹ ਬਹਿੰਦੀ ਉਦੋਂ ਜਦੋਂ 45-46 ਕਬੂਤਰ ਪੈਂਦਾ, 4-5-6 ਵਜੇ ਬਹਿ ਜਾਂਦੀ ਹੈ। ਐੜੀ ਅੱਜ ਰਾਤ ਰਹੀ ਕਬੂਤਰੀ, ਰਾਤ ਰਹੀ ਇਹ ਲੋ ਵੱਡਾ ਲਾਲ ਖੱਡਾ ਵਾਲਾ ਕਬੂਤਰ ਰਾਤ ਰਿਹਾ, ਚਿੱਟੀ ਦੋਮ ਵਾਲਾ। ਇਹ ਮਾਦੀ ਸਾਡੀ ਜਿਹੜੀ ਚੜੇਲ ਰਾਤ ਰਹੀ ਹੈ, ਕਿੱਥੇ ਬਹਿੰਦੀਆਂ ਨੇ ਕਬੂਤਰ? ਇਹ ਸਾਡੇ ਬਹਿੰਦੇ ਨੀ ਕਬੂਤਰ, ਗਰਮੀ ਪੈਂਦੀ ਹੈ ਤੇ ਬਹਿ ਜਾਂਦੇ, ਨਹੀਂ ਪੈਂਦੀ ਤੇ ਨਹੀਂ ਬਹਿੰਦੇ। ਜਦੋਂ 42-43 ਹੁੰਦਾ, 44 ਹੁੰਦਾ ਬਹਿ ਜਾਂਦੇ ਨੇ। ਪੰਜੀ ਤੇ ਸਤਾਈ ਕੱਪ ਸੀ ਜਿਨ੍ਹਾਂ ਚ ਐਂਟਰੀ ਸੀ, 1.5-2 ਲੱਖ ਦੀਆਂ ਐਂਟਰੀਆਂ ਤਾਂ ਆਇਆ ਹੋਈਆਂ। ਚਲੋ ਬਾਦੀਆਂ ਦੀ ਜਿੱਤ ਲਈਆਂ ਸਾਰਿਆਂ ਨੂੰ, ਬਾਦੀਆਂ ਸਾਰਿਆਂ ਨੂੰ ਜਿੱਤ ਲਈ, ਬਾਦੀਆਂ ਫਿਲਹਾਲ ਤੇ ਭਾਈ ਪਰਚੇ ਜਿਹੜੇ ਹੁਣ ਤੱਕ ਦੇਖੇ ਨੇ ਸਾਰਿਆਂ ਨੂੰ ਜਿੱਤੀਆਂ ਨੇ, ਬਾਦੀਆਂ ਸਾਰੀਆਂ ਜਿੱਤ ਲਈਆਂ। ਕੱਪ ਜਿਨ੍ਹਾਂ ਦੇ ਨਸੀਬਾਂ ਚ ਸੀ ਰੱਬ ਨੇ ਉਹਨਾਂ ਨੂੰ ਦੇ ਦਿੱਤੇ ਨੇ। ਸਹੀ ਗੱਲ ਹੈ। ਗੱਲ ਜਿਹੜੀ ਹੈਗੀ ਹੁਣ ਅਸੀਂ ਗਲਾਸ ਲਾ ਕੇ ਬੈਠੇ ਤੇ ਨਹੀਂ ਬੈਠੇ, ਉਹਨਾਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ, ਚੈਂਪੀਅਨ ਹੋਏ ਨੇ। ਅੱਲਾਹ ਤਾਲਾ ਉਹਨਾਂ ਨੂੰ ਖੁਸ਼ੀ ਨਸੀਬ ਕਰੇ, ਅੱਲਾਹ ਤਾਲਾ ਅੱਲਾਹ ਤਾਲਾ ਨੇ ਬੜੀ ਇੱਜ਼ਤ ਦਿੱਤੀ ਉਹਨਾਂ। ਦੇਖੋ ਜੀ ਜਿਹਨਾਂ ਦੀ ਨਸੀਬ ਜੀ ਹੈਗੀ ਸੀ ਕੱਪਾਂ ਦੇ ਵਿੱਚ, ਅੱਲਾਹ ਤਾਲਾ ਉਹਨਾਂ ਇੱਜ਼ਤ ਦਿੱਤੀ ਹੈ, ਉਹ ਕੱਪ ਚ ਅੱਗੇ ਆ ਗਏ ਨੇ। ਸਹੀ ਗੱਲ। ਤੇ ਮਾਲਕ ਇਹਨਾਂ ਜਿਹਨੂੰ ਚਾਹੇ ਨਵਾਜ਼ ਦੇਵੇ, ਉਹ ਮਾਲਕ ਦਾ ਸ਼ੁਕਰ ਅਦਾ ਕਰਨਾ ਚਾਹੀਦਾ, ਹਰ ਬੰਦੇ ਨੂੰ ਕਰਨਾ ਚਾਹੀਦਾ। ਕਬੂਤਰ ਬਹਿਣਗੇ ਤੇ ਲੱਖ ਲੱਖ ਕੱਪ ਉਹ ਲੈ ਕੇ ਜਾਏਗਾ, ਕਿਉਂਕਿ ਉਹ 4-6 ਘੰਟਿਆਂ ਦਾ ਫਰਕ ਸੀ ਉਹਦਾ। ਉਹ ਦੇਖ ਲਓ ਮੌਸਮ ਨੇ ਉਹ ਸਾਰਾ ਡੰਡ ਲਾ ਦਿੱਤੀ, ਉਹਦੇ ਵਿਚਾਰੇ ਦੇ ਵੀ 2 ਕਬੂਤਰ ਸਵੇਰੇ ਬਹਿ ਗਏ, 2-9 ਵਜੇ ਬਹਿ ਗਏ, ਫਿਰ 11 ਵਜੇ ਸਾਰੇ ਗੇਮ ਹੀ ਐਵਰੇਜ ਖਰਾਬ ਹੋ ਗਈ। ਮੁਖਤਲਿਫ ਜਗ੍ਹਾ ਤੇ ਮੁਖਤਲਿਫ ਤਰੀਕੇ ਨਾਲ ਨਹਾਏ ਚੱਲਿਆ, ਮਿੱਟੀ ਸਾਡੇ ਇੱਥੇ ਦੁਪਹਿਰ ਨੂੰ ਮਿੱਟੀ ਵਾਲਾ ਚੱਲਿਆ, ਛਿੜਾ ਲਾ ਲਾ ਕੇ ਜਾਲਾਂ ਦੇ ਵਿੱਚੋਂ ਕਬੂਤਰ ਤੇ ਬਾਹਰ ਕੱਢਣ ਹੈ ਨੀ, ਛਿੜਾ ਲਾ ਲਾ ਕੇ ਕਬੂਤਰ ਪਾਏ ਨੇ ਆਪਣੇ ਤੇ ਬਹਿ ਜਾਣ ਉਹ ਸਾਡੇ ਨਾਲ ਹਮਸਾਏ ਨੇ, ਉਹਨਾਂ ਦੀ ਕਬੂਤਰੀਆਂ ਥੱਲੇ ਪੈਲੀਆਂ ਦੇ ਵਿੱਚ ਡਿੱਗੀ ਆ ਕੇ ਵਿਚਾਰੀ, ਨੇਰਨੇ ਨੂੰ ਉੱਠਣ ਹੀ ਨੀ ਦਿੱਤਾ, ਉਹ ਕੀ ਕਰੇ ਵਿਚਾਰੀ, ਉੱਡੀ ਸੀ ਕਬੂਤਰੀ, ਉਹਨੂੰ ਨੇਰਨੇ ਨੀ ਉੱਠਣ ਦਿੱਤਾ, ਉਹ ਸਿੱਧੀ ਆ ਵਿਚਾਰੀ ਸਾਡੇ ਨਾਲ ਟੈਂਪਰਾਂ ਦੇ ਥੱਲੇ ਵਿਚਾਰੀ ਡਿੱਗ ਪਈ ਕਬੂਤਰੀ, ਹਵਾ ਨੇ ਉਹਨੂੰ ਉੱਠਣ ਨੀ ਦਿੱਤਾ। ਸਾਡਾ ਵੀ ਕਬੂਤਰ ਇੱਕ ਲੰਮਾ ਆ, ਲੇਕਿਨ ਉਹ ਟਾਈਮ ਦੇ ਅੰਦਰ ਅੰਦਰ ਨੇਰ ਨੂੰ ਲੈ ਗਿਆ ਸੀ, ਟਾਈਮ ਦੇ ਅੰਦਰ ਅੰਦਰ ਆ ਗਿਆ, ਜਿਹੜਾ 3 ਤੀਆਂ ਤੇ ਬੈਠਾ ਸਾਡਾ 9 ਤੀਆਂ ਤੇ ਬੈਠਾ, ਉਹਨੂੰ ਹਨੇਰ ਲੈ ਗਿਆ ਸੀ, ਫਿਰ ਉਹ ਟਾਈਮ ਦੇ ਅੰਦਰ ਅੰਦਰ ਹੀ ਵਾਪਸ ਆ ਗਿਆ। ਅੱਛਾ ਇਰਫਾਨ ਬਾਈ ਇੱਕ ਚੀਜ਼ ਹੈ, ਜਿਹੜਾ ਮੌਸਮ ਦੱਸ ਰਿਹਾ ਸੀ ਨੈੱਟ ਜਾਂ ਜਿਹਦੀ ਵਜ੍ਹਾ ਤੋਂ ਚੇਂਜ ਕੀਤਾ ਸੀ ਸਾਰਾ ਸਿਚੁਏਸ਼ਨ, ਉਹ ਤੇ ਨਹੀਂ ਬਣਿਆ, ਲੋਕਾਂ ਨੇ ਬੜੇ ਬੜੇ ਤਿਆਰ ਕਬੂਤਰ ਆਪਣੇ ਛੱਡੇ ਸੀ, ਪੂਰੇ ਲਾਹੌਰ ਨੇ ਗਰਮੀ ਦੇ ਕਬੂਤਰ ਪਾਏ ਨੇ, ਕਿਉਂਕਿ ਜੋ ਵੈਦਰ ਦੱਸ ਰਹੇ ਸੀ ਨਾ ਕਿ ਵੈਦਰ ਗਰਮ ਹੈ, ਜੁੰਮੇ ਦਾ ਵੀਡੀਓ ਲੱਗੀਆਂ ਨੇ ਲਾਹੌਰ ਦੇ ਦੋਸਤ ਜਿਹੜੇ ਸਾਡੇ ਪਾਰਟੀਆਂ ਦੇ ਮੈਂਬਰ ਨੇ ਸਰਬਰਾਹ ਨੇ, ਉਹਨਾਂ ਨੇ ਫੈਸਲਾ ਕੀਤਾ ਜੀ ਜੁੰਮੇ ਵਾਲੇ ਦਿਨ ਕਲੀਅਰ ਹੈ ਮੌਸਮ, ਇਤਵਾਰ ਦੇ ਦਿਨ ਹਨੇਰੀ ਤੂਫਾਨ ਹੈ, ਉਹ ਅੱਲਾ ਪਾਕ ਦੇ ਕੰਮ ਨੇ ਨਾ, ਉਹਨਾਂ ਦੇਖੋ ਕੀ ਹੋਣ ਡਿਆ, ਜੁੰਮੇ ਵਾਲੇ ਦਿਨ ਹੀ ਹੋਇਆ ਤੁਹਾਡੇ ਸਾਹਮਣੇ, ਇਤਵਾਰ ਕਲੀਅਰ ਕਰ ਦਿੱਤਾ ਵੈਦਰ ਨੇ, ਹੁਣ ਸਾਰੇ ਦੋਸਤਾਂ ਭਰਾਵਾਂ ਨੇ ਅੱਛੇ ਕਬੂਤਰ ਕੱਢ ਕੇ ਪਾਏ ਸੀ, ਉਹ ਅੱਜ ਕਈਆਂ ਭਰਾਵਾਂ ਦੇ ਕਬੂਤਰ ਰਾਤ ਰਹੇ ਨੇ, ਕਈਆਂ ਭਰਾਵਾਂ ਦੇ ਤੇ ਕਈਆਂ ਦੇ ਹਨੇਰ ਤੂਫਾਨ ਦੀ ਵਜ੍ਹਾ ਤੋਂ ਛੇਤੀ ਵੀ ਬਹਿ ਗਏ ਨੇ। ਅਸੀਂ ਇਹ ਕਬੂਤਰ ਪਾਉਣ ਦੇ ਹੱਕ ਚ ਨਹੀਂ ਸੀ, ਕਦੀ ਵੀ ਨਹੀਂ ਸੀ ਇਹ ਕਬੂਤਰ ਪਾਉਣੇ, ਜੇ ਸਾਨੂੰ ਪਤਾ ਹੁੰਦਾ ਕਿ
ਤੁਸੀਂ 41 ਵੀ ਇੰਜੀ ਪਾਈਏ ਕਿ ਯਾਰ ਟੈਂਪਰੇਚਰ 5 ਸਾਲ ਹੋ ਗਏ ਇਹਨੂੰ ਉੜਦੀ ਆਂਦੀ ਨੂੰ ਅਸੀਂ ਉਹਦਾ ਵਿਸਾ ਹੀ ਨਹੀਂ ਖਾਂਦੇ ਉਸ ਕਬੂਤਰੀ ਦਾ 5 ਸਾਲਾਂ ਚ ਇੱਕ ਵਾਰੀ ਜਾਂ ਦੋ ਵਾਰੀ ਘਰ ਬੈਠੀ ਉਸ ਤੋਂ ਬਾਅਦ ਕਬੂਤਰੀ ਨਹੀਂ ਘਰ ਬੈਠੀ ਕੱਚੀਆਂ ਹੋਰ ਭੇਜੀ ਵੀ ਕੰਮ ਤੇ ਸੀ ਬਣਾ ਬਣਾ ਕੇ ਛੱਡੇ ਹੋਏ ਛੇੜ ਬਣਾ ਕੇ ਇਹਨਾਂ ਨੂੰ ਕੀ ਛੱਡਣਾ ਯਾਰ ਹਲਕਾ ਫੁਲਕਾ ਤੇ ਪਿਆਰ ਕਰਨਾ ਹੀ ਪੈਂਦਾ ਫਿਰ ਬਾਅਦ ਭਾਈ ਕਿਹੜਾ ਕਬੂਤਰ ਬਾਅਦ ਜਿਹੜਾ ਸਾਦਾ ਕਬੂਤਰ ਛੱਡਦਾ ਕੋਈ ਨਹੀਂ ਛੱਡਦਾ ਕੋਈ ਨਹੀਂ ਛੱਡਦਾ ਗੱਲਾਂ ਹੀ ਨੇ ਭਾਜੀ ਮੈਂ ਦੇਸੀ ਦੇਤਾ ਤੇ ਵਿੱਚ ਮੈਡੀਸਨ ਮਿਕਸ ਹੁੰਦੀ ਸਹੀ ਗੱਲ ਕਾਲੇ ਰੰਗ ਦੀ ਮਜੂਨ ਪਾ ਦਿੰਦੇ ਨੇ ਪਾਣੀ ਚ ਵਿੱਚ ਹੀ ਮੋਟੀ ਵਾਲ ਵਿੱਚ ਹੀ ਏਵਲ ਤੇ ਵਿੱਚ ਹੀ ਡੈਕਸਾ ਕੋਈ ਰੰਗ ਦੇ ਦਿੰਦਾ ਕੋਈ ਰੰਗ ਦੇ ਦਿੰਦਾ ਕੋਈ ਦੁੱਧ ਚ ਪਾ ਲੈਂਦਾ ਪਾਣੀ ਚ ਪਾ ਲੈਂਦਾ ਕੋਈ ਦਵਾਲ ਮਿਕਸ ਵਿੱਚ ਗੋਲੀਆਂ ਬਣਾ ਲੈਂਦਾ ਕੋਈ ਦਵਾਲ ਮਿਕਸ ਨਾਲ ਪਾਣੀ ਬਣਾ ਲੈਂਦਾ ਕਹਿੰਦਾ ਜੀ ਇਹ ਦੇਸੀ ਮੈਂ ਦੇਸੀ ਨੁਕਸਾ ਦਿੱਤਾ ਉਹ ਇੱਕ ਦਵਾਲ ਮਿਕਸ ਦੇਸੀ ਪਕਾਇਆ ਸਾਨੂੰ ਮੈਡੀਸਨ ਹੀ ਹੈ ਨਾ ਚੱਕਰ ਦਿੱਤਾ ਹੋਇਆ ਸਭ ਨੂੰ ਚੱਕਰ ਦਿੱਤਾ ਤੇ ਕਿਹੜਾ ਕਬੂਤਰ ਬਾਜ ਮੈਂ ਨੀ ਮੰਨਦਾ ਕਿ ਜੋ ਮੈਡੀਸਨ ਨੇ ਆਪਣਾ ਇਸਤੇਮਾਲ ਨਹੀਂ ਕਰਦਾ ਸਾਰੇ ਸਭ ਉਸਤਾਦ ਹੀ ਕਰਦੇ ਨੇ ਸਾਹਿਬ ਤੁਸੀਂ ਮਾਸ਼ਾਅੱਲਾ ਬਜ਼ੁਰਗ ਹੋ ਔਰ ਉਮਰ ਲੰਘਾਤੀ ਕਬੂਤਰਬਾਜ਼ੀ ਚ ਅੱਜ ਦਾ ਜਿਹੜਾ ਮੌਸਮ ਬਣਿਆ ਕਿੰਨਾ ਤੂਫਾਨ ਤੁਹਾਡੇ ਸਾਹਮਣੇ ਲੁਕ ਗਏ ਨਿੱਕੇ ਜਿਹੇ ਕਮਰੇ ਚ ਵੜ ਗਏ ਅਸੀਂ ਤੇ ਕਿੱਥੋਂ ਆਣਗੇ ਕਬੂਤਰ ਕਿੱਥੋਂ ਆਣਗੇ ਰੱਬ ਨੂੰ ਪਤਾ ਹੁਣ ਕੁਝ ਮੈਂਗੋ ਜੂਸ ਬਣਾ ਦਿੱਤਾ ਹੋਇਆ ਜੀ ਉਹ ਕਲਰ ਦੇ ਦਿੱਤਾ ਮਾਡਰਨ ਮੋਟੀਵਾਲ ਏਵਲ ਆਪਣਾ ਮੈਜਿਕਵਾਲ ਲੋਕੀ ਵੈਗਰਾ ਵੀ ਪਾਉਂਦੇ ਮੈਡੀਸਨ ਦੇਸੀ ਦਵਾਈ ਵੀ ਅਗਰ ਕੋਈ ਕਬੂਤਰ ਬਾਜ਼ ਦਿੰਦਾ ਨਾ ਮੈਂ ਨੀ ਮੰਨਦਾ ਕਿ ਉਹਦੇ ਨਾਲ ਮੈਡੀਸਨ ਅਗਰ ਨਹੀਂ ਦਿੰਦਾ ਉਹਦੇ ਨਾਲ ਵੀ ਮੈਡੀਸਨ ਜਿਹੜਾ ਲਾਜ਼ਮਨ ਦਿੰਦਾ ਸਹੀ ਤੁਸੀਂ ਕੀ ਕਹਿ ਰਹੇ ਹੋ ਥੱਕਣ ਨੀ ਦਿੰਦੀ ਵੈਗਰਾ ਜਿਹੜੀ ਹੈ ਨਾ ਬੰਦੇ ਅਕਸਰ ਬੇਸਿਕਲ ਦਵਾਈ ਜਿਹੜੀ ਵੈਗਰਾ ਗੋਲੀ ਹੈ ਨਾ ਹਾਰਟ ਦੇ ਮਰੀਜ਼ਾਂ ਵਾਸਤੇ ਪੱਠਿਆਂ ਲਈ ਵੀ ਹੈ ਠੀਕ ਹੈ ਲੇਕਿਨ ਲੋਕ ਉਹਦੇ ਕੋਲ ਬੜਾ ਇਸਤੇਮਾਲ ਪੁੱਠੇ ਦੇ ਲੈਂਦੇ ਨੇ ਪੈਸੇ ਔਰ ਕਬੂਤਰਾਂ ਗਰੀਬਾਂ ਨੂੰ ਵੀ ਦਿੰਦੇ ਨੇ ਪੈਸੇ ਅਗਰ ਪੱਠਿਆਂ ਦੇ ਲਾਸੇ ਫਿਰ ਤੇ ਚਲੋ ਘਰ ਆ ਮਤਲਬ ਨਹੀਂ ਉਹ ਹੈ ਭਾਈ ਉਹ ਆਪ ਉਸਕੋ ਰਿਸਰਚ ਕਰਕੇ ਦੇਖ ਲਓ ਅੱਛਾ ਜੀ ਉਹ ਹੈ ਹਾਰਟ ਕੇ ਮਰੀਜ਼ੋ ਕੇ ਲਈ ਹਾਂ ਸਰਕੂਲੇਸ਼ਨ ਬਲੱਡ ਕੀ ਤੇਜ਼ ਕਰਤੀ ਹੈ ਨਾ ਹਾਂ ਦਿਲ ਕੋ ਫਿਰ ਉਹ ਪੰਪ ਕਰਦੇ ਆ ਪੰਪ ਕਰਤੀ ਹੈ ਬਲੱਡ ਸਹੀ ਗੱਲ ਸਾ ਜੀ ਸਾਡੇ ਵੱਡੇ ਬਜ਼ੁਰਗ ਬਾਬੇ ਕੋਈ ਨੇਰੀ ਬਦਲ ਦੇ ਬਾਰੇ ਕੀ ਕਹਿੰਦੇ ਹੁੰਦੇ ਕਿ ਕੱਲ ਹੀ ਦੱਸੋ ਕਹਿੰਦੇ ਕੁੱਟਾ ਜੀ ਜਦੋਂ ਨਹੀਂ ਅੱਛਾ ਉਹ ਕਹਿੰਦੇ ਉਹ ਨੇਰੀ ਬਦਲ ਆਵੇ ਤੋਬਾ ਕਰਦੇ ਆ ਅਸਤਾ ਕੁਆਰ ਅੱਲਾ ਤਾਲਾ ਮਾਫ ਕਰੇ ਤਾਲਾ ਰਹਿਮਤ ਕਰੀ ਹੁਣ ਜੁਆਇ ਕਰਦੇ ਨੇ ਨਹਾਉਣ ਲੱਗ ਪੈਂਦੇ ਨੇ ਭਾਵੇਂ ਘਰ ਦੇ ਘਰ ਉੱਠ ਜਾਣ ਦੇਖੋ ਨਾ ਦੁਬਈ ਚ ਕੀ ਹੋਇਆ ਅੱਲਾ ਕੋਲ ਮਾਫ਼ੀ ਮੰਗਣੀ ਚਾਹੀਦੀ ਹੈ ਹਰ ਰਾਤ ਮਾਫ਼ੀ ਮੰਗਣੀ ਤੋਬਾ ਕਰਨੀ ਚਾਹੀਦੀ ਹੈ ਅੱਗੇ ਬੰਦਾ ਚੰਨਾ ਤੋਬਾ ਨੋ ਬਿਲ ਅਸਤਾ ਕੁਆਰ ਅਸੀਂ ਉਹਨਾਂ ਪੈਰਾਂ ਦੇ ਖਾਕ ਵਗੈਰੇ ਨਬੀ ਪਾਕ ਸੱਲੇ ਵਾਲੀ ਮੁਸੱਲਮ ਬਦਲ ਆਉਂਦੇ ਸੀ ਤੇ ਉਹਨਾਂ ਚ ਉਸ ਬਹਿ ਜਾ ਬੈਠ ਜਾਂਦੇ ਸੀ ਮਸੱਲੇ ਦੇ ਤੋਬਾ ਅਸਤਾ ਕੁਆਰ ਅੱਲਾ ਤਾਲਾ ਕੋਲ ਮਾਫ਼ੀ ਮੰਗਦੇ ਸੀ ਅੱਲਾ ਤਾਲਾ ਰਹਿਮਤ ਕਰੀ ਅਸੀਂ ਲੋਕ ਇੰਜੋਏ ਕਰਦੇ ਨਹਾਉਂਦੇ ਆ ਦੇਖੋ ਨਾ ਤੁਸੀਂ ਦੇਖਿਆ ਨੀ ਇਸਲਾਮਾਬਾਦ ਪਿੰਡੀ ਉਹ ਨਹਾ ਰਹੇ ਨੇ
ਅੱਜ ਸਵੇਰੇ ਮੈਨੂੰ ਫੋਨ ਆਇਆ ਮੇਰੇ ਦੋਸਤ ਦਾ ਇਰਫਾਨ ਭਾਈ ਨੇ ਸਪੇਨ ਹੁੰਦੇ ਨੇ ਯਾਰ ਉਹ ਦੱਸਦੇ ਨੇ ਉਹ ਉਹਨਾਂ ਦਾ ਲੱਗੇ ਸਰਾਏ ਆਲਮਗੀਰ ਤੋਂ ਉਹ ਕਹਿੰਦੇ ਇਰਫਾਨ ਭਾਈ ਸਵੇਰੇ 11 ਵਜੇ ਨੇਰ ਪੈ ਗਿਆ ਤੇ ਵੈਦਰ ਨੇ ਕੋਈ ਦੱਸਿਆ ਹੀ ਨਹੀਂ ਸੀ ਹੋਇਆ ਤੇ 11 ਵਜੇ ਤੂਫਾਨ ਪਿਆ ਐਸਾ ਪਿਆ ਕਿ ਬਾਰਿਸ਼ ਫੁੱਲ ਟਾਈਮ ਹੋਈ ਹੈ ਤੇ ਕਹਿੰਦੇ ਕਬੂਤਰ ਇੱਕ ਵੀ ਨਹੀਂ ਲੱਭਦਾ ਪਿਆ ਹਾਂ ਤੇ ਵੈਦਰ ਹੁਣ ਵੈਦਰ ਕੀ ਕਰੇਗਾ ਇੱਥੇ ਵੈਦਰ ਕੀ ਇੱਥੇ ਵੈਦਰ ਕੀ ਕਰੇਗਾ ਫਿਰ ਨਹੀਂ ਸੀ ਬਦਲਣੀ ਇਹ ਰੱਬੀ ਕੰਮ ਨੇ ਯਾਰ ਬਸ ਅਸੀਂ ਸਾਡੀ ਬੇਵਾਕੂਫੀ ਭਰਾ ਅਸੀਂ ਕਬੂਤਰ ਕੱਢ ਕੇ ਪਾਤੇ ਵੱਡੇ ਇਹਦੇ ਬਾਰੇ ਇੱਕ ਛੋਟੀ ਮੈਂ ਗੱਲ ਕਰਨਾ ਮੇਰੀ ਮਾਂ ਸ਼ਾਲਾ 53 ਸਾਲ ਉਮਰ ਹੋ ਗਈ ਹੈ ਤੇ ਤਕਰੀਬਨ ਮੈਂ ਕੋਈ ਨਾ ਸਮੇਂ ਲਓ ਕਿ 16 ਸਾਲਾਂ ਜਦੋਂ ਮੈਂ ਕਬੂਤਰਬਾਜ਼ੀ ਮੁਸਰਸਰ ਕਰਨਾ ਪਿਆ ਤੇ ਲੋਕ ਉੱਥੇ ਪਤਾ ਹੀ ਕਰਦੇ ਅਗਰ ਜੁੰਮੇ ਦੀ ਬਾਜ਼ੀਆਂ ਆਈਆਂ ਨੇ ਹਫ਼ਤੇ ਦੀ ਆਈਆਂ ਨੇ ਉਹਨਾਂ ਨੇ ਬਾਰਿਸ਼ ਪੈ ਰਹੀ ਤੇ ਕਬੂਤਰ ਉਡਾ ਦਿੱਤੇ ਨੇ ਕਬੂਤਰ ਉਡਾ ਦਿੱਤੇ ਨੇ ਥੋੜ੍ਹਾ ਵੇਖਿਆ ਬਾਰਿਸ਼ ਤੇਜ਼ ਰੁਕ ਗਿਆ ਨੇ ਥੋੜ੍ਹੀ ਹਲਕੀ ਕੱਢ ਕੇ ਫਟਾਫਟ ਉਡਾ ਦਿੱਤੇ ਨੇ ਇਹ ਜੋ ਇਤਵਾਰ ਦੀ ਬਾਜ਼ੀ ਸੀ ਜੁੰਮੇ ਦਾ ਜੁੰਮੇ ਤੋਂ ਅਜੇ ਨੇਰ ਨਹੀਂ ਪਿਆ ਜਿਹੜੀ ਇੱਕ ਚੀਜ਼ ਚੱਲਦੀ ਵੀ ਦੋਸਤਾਂ ਭਰਾਵਾਂ ਮੇਰਿਆਂ ਚਾਹੀਦਾ ਬਜ਼ੁਰਗਾਂ ਨੂੰ ਸੀਨੀਅਰ ਕਬੂਤਰਬਾਜ਼ਾਂ ਨੂੰ ਕਿ ਜਿਵੇਂ ਉੱਡਦੇ ਪੈ ਨੇ ਠੀਕ ਹੈ ਉੱਡੀ ਜਾਣ ਜੇ ਕੋਈ ਬਾਰਿਸ਼ ਮੀਂਹ ਦੇ ਵਿੱਚ ਕਿਸੇ ਦਾ ਜ਼ਿਆਦਾ ਉੱਡ ਜਾਏ ਅੱਲਾਹ ਤਾਲਾ ਨੇ ਜਿਹਨੂੰ ਇੱਜ਼ਤ ਦੇਣੀ ਹੈ ਨਾ ਜ਼ਾਹਰ ਉਹਨੇ ਅੱਗੇ ਆਉਣਾ ਜਿਹਨੂੰ ਅੱਲਾਹ ਤਾਲਾ ਨੇ ਨਵਾਜ਼ਨਾ ਵੇ ਅਤੇ ਬਾਜ਼ੀ ਇਹ ਨਹੀਂ ਫਰਕ ਪਾਉਣਾ ਚਾਹੀਦਾ ਜੀ ਜੁੰਮੇ ਦੀ ਹਫ਼ਤੇ ਦੀ ਇਤਵਾਰ ਦੀ ਬਾਜ਼ੀ ਜੁੰਮੇ ਨੂੰ ਕਰ ਲਓ ਨਹੀਂ ਉੱਡਦੀ ਬਾਰਿਸ਼ ਪੈਂਦੀ ਵੀ ਬਾਰਿਸ਼ ਵੀ ਉਡਾ ਉੱਡਣ ਜਿਹਦਾ ਦਿਲ ਕਰਦਾ ਮੈਂ ਐਵੇਂ ਕਬੂਤਰ ਮੈਂ ਨਹੀਂ ਅਜ਼ਾਇਆ ਕਰਨਾ ਚਾਹੁੰਦਾ ਭਾਈ ਮੇਰੀ ਬਾਜ਼ੀ ਅੱਧੀ ਲੈ ਲਾ ਮੈਂ ਨਹੀਂ ਉਡਾਉਣਾ ਚਾਹੁੰਦਾ ਗੱਲ ਨੀ ਪਤਾ ਕੀ ਲੇਕਿਨ ਇਹ ਬਦਲਣਾ ਨਹੀਂ ਚਾਹੀਦਾ ਅੱਜ ਮੈਂ ਦੇਖੋ ਬਦਲਿਆ ਤੇ ਕੀ ਅੱਜ ਨੀ ਬਾਰਿਸ਼ ਆਇਆ ਹਨੇਰੀ ਨੀ ਆਈ ਆ ਬਾਰਿਸ਼ ਵੀ ਪੈਂਦੀ ਪਈ ਇਹ ਨਹੀਂ ਕਰਨਾ ਚਾਹੀਦਾ ਦੁਪਹਿਰ ਨੂੰ ਵੀ ਤੂਫਾਨੀ ਬਾਰਿਸ਼ ਹੈਗੀ ਦੁਪਹਿਰ ਨੂੰ ਸਾਡੇ ਲਾਹੌਰ ਚ ਕਈ ਜਗ੍ਹਾ ਤੇ ਬਾਰਿਸ਼ ਹੋਈ ਹੈ ਕਈ ਜਗ੍ਹਾ ਤੇ ਨੇਰ ਪਿਆ ਵੇ ਸਾਡੇ ਇੱਥੇ ਇੰਨਾ ਨੇਰ ਸੀ ਯਾਰ ਮਿੱਟੀ ਨਜ਼ਰ ਹੀ ਕੁਛ ਨਹੀਂ ਸੀ ਆ ਰਿਹਾ ਲੇਕਿਨ ਜਿਹੜਾ ਇਸ ਟਾਈਮ ਨੇਰ ਪੈ ਗਿਆ ਤੋਬਾ ਅੱਲਾਹ ਮਾਫ ਕਰੇ ਬਸ ਅੱਲਾਹ ਤਾਲਾ ਮਾਫ ਕਰੇ ਯਾਰ ਸਾਰੇ ਬੜਾ ਖਤਰਨਾਕ ਨੇਰ ਪਿਆ ਔਰ ਜਿੰਨਾ ਲੋਕਾਂ ਨੇ ਕਬੂਤਰ ਹੋ ਗਈ ਹੈ ਮਿੱਟੀ ਥੰਮ ਜਾਏਗੀ ਨਾ ਫਿਰ ਚੱਲਨੇ ਆ ਬਾਹਰ ਨੂੰ ਹਾਂ ਫਿਰ ਜਾਵਾਂਗੇ ਇੱਕ ਦੋ ਮੈਂ ਤੁਹਾਨੂੰ ਇਹ ਵੇਖੋ ਇਹ ਮੁੰਡੇ ਦਾ ਸਿਰ ਭਰਿਆ ਆ ਇਹ ਮੇਰਾ ਆਪਣਾ ਸਿਰ ਭਰਿਆ ਆ ਇਰਫਾਨ ਭਾਈ ਦਾ ਸਿਰ ਭਰਿਆ ਆ ਇਰਫਾਨ ਭਾਈ ਦਾ ਸਿਰ ਚੜਿਆ ਹੋਇਆ ਬਲਕਿ ਇਹਦਾ ਵੇਖੋ ਬਾਹਰ ਕਿੰਨਾ ਤੂਫਾਨ ਚੱਲਦਾ ਪਿਆ ਇਹ ਧੂਆਂ ਉਸ ਧੂਆਂ ਕਹਿ ਰਿਹਾ ਮਿੱਟੀ ਮਿੱਟੀ ਔਰ ਇਹ ਵੇਖੋ ਕਨੀਆਂ ਵੀ ਪੈ ਰਹੀ ਹੈ ਮੋਟੇ ਮੋਟੇ ਕਨੇ ਪੈ ਰਹੇ ਨੇ ਖੁੱਲ ਕੇ ਪਏ ਪੱਖਾ ਯਾਰ ਸਾਂਭਲੋ ਪੱਖਾ ਨਾ ਸਾਂਭਲੋ ਇਹ ਵੇਖੋ ਅਸੀਂ ਨਿੱਕੇ ਕਮਰੇ ਦੇ ਅੰਦਰ ਹੈਗੇ ਆ ਇੱਥੇ ਅਸੀਂ ਲੁਕ ਕੇ ਬੈਠੇ ਹੋਏ ਆ ਤਾਂ ਕਿ ਸਾਨੂੰ ਬਾਰਿਸ਼ ਤੰਗ ਨਾ ਕਰੇ ਨਹੀਂ ਇਰਫਾਨ ਭਾਈ ਬੜਾ ਅਜੀਬ ਅੱਜ ਕੰਮ ਰਿਹਾ ਸਾਰੀ ਦਿਹਾੜੀ ਬਹੁਤ ਅਜੀਬ ਕੰਮ ਹੋਇਆ ਮਾੜਾ ਹੋਇਆ ਰੱਬ ਦੇ ਕੰਮ ਨੀ ਹੋਣਾ ਸੀ ਕਿਸੇ ਨੂੰ ਗਲਤ ਕਹਿ ਨੀ ਸਕਦੇ ਸਾਡਿਆਂ ਵੱਡਿਆਂ ਨੇ ਤੇ ਜਿਹੜੇ ਸਾਡੇ ਸਰਬਰਾਂ ਨੇ ਪਾਰਟੀਆਂ ਤੇ ਉਹਨਾਂ ਨੇ ਤੇ ਬਿਹਤਰ ਸੋਚਿਆ ਲੇਕਿਨ ਕੁਦਰਤ ਹੈ ਨਾ ਮੇਰੇ ਭਾਈ ਕੁਦਰਤ ਅੱਗੇ ਕੋਈ ਨੀ ਨਾ ਡਾਲ ਸਕਦਾ ਕੁਦਰਤ ਦੇਖ ਨਾ ਤੇਰੇ ਸਾਹਮਣੇ ਕੀ ਜਿਨ੍ਹਾਂ ਦੇ ਕਬੂਤਰ ਰਾਤ ਰਹੇ ਵਿਚਾਰੇ ਮਿਹਨਤਾਂ ਕੀਤੀਆਂ ਨੇ ਕਬੂਤਰ ਨਾ ਲੱਭੇ ਤੇ ਕੀ ਕਰ ਪਤਾ ਨਹੀਂ ਕਿਹੜੇ ਕਿਹੜੇ ਕਬੂਤਰ ਜਿਵੇਂ ਤੁਸੀਂ ਬਣਾਏ ਨੇ ਜਿਵੇਂ ਤੁਸੀਂ ਪਾਏ ਨੇ ਕਬੂਤਰ ਯਾਰ 5-5 ਸਾਲ ਪੁਰਾਣੇ ਕਬੂਤਰ ਨੇ ਯਾਰ ਬਾਗ ਵੱਡੇ ਕਬੂਤਰ ਨੇ ਕੋਈ ਗੱਲ ਨਹੀਂ ਜੰਗ ਵਿੱਚ ਮਰਦੇ ਸ਼ਹੀਦ ਹੁੰਦੇ ਨੇ ਆ ਜੰਗ ਵਿੱਚ ਮਰਦੇ ਸ਼ਹੀਦ ਹੁੰਦੇ ਨੇ ਅਗਰ ਦੇਖੋ ਜੀ ਉਹ ਤੁਹਾਡੇ ਪਿਛਲੇ ਪਿਓ ਦਾਦਾ ਜਾਂ ਵੱਡੇ ਬਜ਼ੁਰਗ ਨਾ ਮਰਦੇ ਤੇ ਜਗ੍ਹਾ ਪੈਰ ਰੱਖਣ ਜਗ੍ਹਾ ਨਾ ਹੁੰਦੀ ਹਾਂ ਇਹ ਤੇ ਕਾਂ ਜਾਨ ਲੱਗਾ ਹੋਇਆ ਹਰ ਸਾਲ ਕਬੂਤਰ ਬਾ ਕਹਿੰਦਾ ਕਿ ਨਵੇਂ ਪੈਂਦੇ ਨੇ ਕੋਈ ਨਾ ਕੋਈ ਪੈਂਦੇ ਹੀ ਨਹੀਂ ਹਾਂ ਨਵੇਂ ਬੰਦਾ ਕਬੂਤਰ ਕੋਈ ਗੱਲ ਨਹੀਂ ਆਣ ਜਾਣ ਤੇ ਲੱਗਾ ਹੋਇਆ ਨਾ ਜੀ ਉੱਥੇ ਆਉਣੇ ਗਿਆ ਕਬੂਤਰ ਖਾ ਲਾ ਕੋਈ ਆਇਆ ਕੋਈ ਚਲਾ ਗਿਆ ਕੋਈ ਗੱਲ ਬਾਹਰ ਵਾਲਾ ਉਸਤਾਦ ਪਾਇਆ ਜਿਹੜੇ ਬਜ਼ੁਰਗ ਨੇ ਵੱਡੇ ਉਸਤਾਦ ਸੀਨੀਅਰ ਉਸਤਾਦ ਨੂੰ ਚਾਹੀਦਾ ਕਿ ਦਿਨ ਉਹੀ ਰਹਿਣ ਦਿਆ ਕਰਨ ਕੈਂਸਲ ਕਰ ਦਿਆ ਕਰਨ ਕੋਈ ਗੱਲ ਇੱਕ ਦੁਆਰਾ ਨਹੀਂ ਉੱਡਦੇ ਤੇ ਕੋਈ ਗੱਲ ਨਹੀਂ
ਅਗਲੀ ਇਤਵਾਰ ਉੱਡ ਜਾਣ, ਹਾਂ ਉਹ ਵੀ ਇਤਵਾਰ ਉੱਡ ਜਾਣ, ਭਾਵੇਂ ਠੰਡੀ ਆ ਜਾਵੇ ਉੱਡ ਜਾਣ, ਲੇਕਿਨ ਫਰਕ ਨਾ ਪਾਇਆ ਕਰ। ਬਾਰਿਸ਼ ਤੇਜ਼ ਹੋ ਗਈ, ਮਿਹਰਬਾਨੀ ਹੈ ਰਿਕੁਐਸਟ ਹੈ ਮੇਰੀ ਕਿ ਉਹਨਾਂ ਉਸਤਾਦਾਂ ਅੱਗੇ ਮਿਹਰਬਾਨੀ, ਦਿਨ ਉਹੀ ਰਹਿਣ ਦਿਆ ਕਰਨ। ਸਹੀ ਗੱਲ ਹੈ, ਚਲੋ ਜੀ ਹੁਣ ਬਾਏ ਬਾਏ ਕਰੋ ਸਾਰੇ ਭਰਾਵਾਂ ਨੂੰ ਯਾਰ। ਸਹੀ ਗੱਲ ਹੈ, ਲੋ ਜੀ ਦੋਸਤੋ ਉਮੀਦ ਕਰਨਾ ਬਾਰਿਸ਼ ਵੀ ਬੜੀ ਤੇਜ਼ ਆ ਗਈ, ਤੁਹਾਨੂੰ ਜੋ ਐਪ ਪਸੰਦ ਆਈ ਹੋਏਗੀ ਵੀਡੀਓ, ਇੱਕ ਅਪਡੇਟਡ ਵੀਡੀਓ ਸੀਗੀ ਸੀ। ਮੈਂ ਤਕਰੀਬਨ ਆਇਆ ਤੇ 4 ਸਾਲ ਨਹੀਂ 6 ਕੁ ਵਜੇ ਆਇਆ, ਤੇ ਮੈਂ ਪਹਿਲੇ ਫੋਨ ਕੀਤਾ ਅਰਫਾਨ ਭਾਈ ਨੂੰ, ਮੈਂ ਕਿਹਾ ਅਰਫਾਨ ਭਾਈ ਕੀ ਸੀਨ ਹੈ, ਕਿਉਂਕਿ ਮੈਂ ਇਹਨਾਂ ਦਾ ਪਰਚਾ ਵੇਖ ਲਿੱਤਾ ਸੀ ਗਰੁੱਪ 'ਚ, ਔਰ ਮੈਂ ਕਿਤੇ ਵੀ ਨਹੀਂ ਅੱਜ ਗਿਆ, ਅੱਜ ਮੈਂ ਘਰ ਹੀ ਸੁੱਤਾ ਹੀ ਰਿਹਾ, ਤੇ ਮੈਂ ਕਿਹਾ ਅਰਫਾਨ ਭਾਈ ਕੀ ਸੀਨ ਹੈਗਾ ਸਾਰਾ, ਤੇ ਉਹਨਾਂ ਨੇ ਕਿਹਾ ਕਿ ਸਾਡੇ 2 ਕਬੂਤਰ ਉਸ ਟਾਈਮ ਤੁਹਾਡੇ ਨਿਕਲੇ ਸੀ, ਔਰ ਮੈਂ ਜਦੋਂ ਬਾਹਰ ਆਇਆ ਨਾ ਇੱਥੇ ਇੱਕ ਸਾਈਡ ਤੇ ਛੱਤ ਹੈਗੀ ਉਹਨੇ ਮਾਰਤਾ ਪੱਲਾ, ਮੈਨੂੰ ਨਹੀਂ ਸੀ ਪਤਾ, ਤੇ 4 ਕਬੂਤਰ ਦਾ ਦਿਨ ਸੀ ਭਲਿਆ, ਉਹਨੂੰ ਪਤਾ ਹੀ ਨਹੀਂ, ਹਾਂ ਉਹਨੂੰ ਵੀ ਨਹੀਂ ਸੀ ਪਤਾ, ਉਹਨੂੰ ਪਤਾ ਹੀ ਨਹੀਂ ਅੱਜ ਬਾਜ਼ੀ ਉੱਡੀ, ਉਹਨੇ ਤੇ ਆਪਣੇ ਕਬੂਤਰ ਟਾਈਮ ਸਿਰ ਕੱਢ ਕੇ ਇੰਜ ਹੀ ਡਾਂਦੇ ਨੇ ਨਵੇਂ ਵਿਚਾਰੇ, ਹੋਟਲ 'ਚ ਥੱਲੇ ਖਾਣ ਪੀਣ ਦਾ ਉੱਥੇ ਨਾਲ ਕਬੂਤਰ ਰੱਖੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਅੱਜ ਬਾਜ਼ੀ ਉੱਡੀ, ਜੁੰਮੇ ਦਾ ਦਿਨ ਉਹਨਾਂ ਨੂੰ ਪਤਾ ਤਵਾਰ ਨੂੰ ਉੱਡੀ ਤਵਾਰ ਨੂੰ ਨਹੀਂ ਕੱਢਦੇ, ਉਹਨਾਂ ਨੇ ਅੱਜ ਕੱਢ ਕੇ ਡਾਸੇ ਨੂੰ, ਜਿਹੜੇ ਉੱਤੇ ਆਏ ਸੀ ਉੱਥੇ ਤੋਂ ਉੱਤੇ ਚਲੇ ਗਏ, ਇਹਨਾਂ ਦੇ ਵੀ ਉੱਤੇ ਚਲੇ ਗਏ ਨੇ। ਸਹੀ ਗੱਲ ਹੈ, ਔਰ ਮੈਂ ਭੁਲੇਖਾ ਖਾ ਗਿਆ ਕਿ ਅਰਫਾਨ ਭਾਈ ਦੇ ਤੇ ਮੋਹਸਨ ਭਾਈ ਮੋਹਸਨ ਗੁਜਰ ਦੇ ਇਹ 2 ਕਬੂਤਰ ਉਹਨਾਂ ਦੇ ਹੋਣਗੇ, 2 ਇਹਨਾਂ ਦੇ ਹੋਣਗੇ, ਮੈਂ ਇਸ ਭੁਲੇਖੇ ਮੈਂ ਕਿਹਾ ਜਾਂਦੇ ਹੀ ਲਾਈਵ ਸ਼ੁਰੂ ਕਰ ਦੇਣਾ, ਤੇ ਬੜਾ ਮਜ਼ਾ ਆਉਣਾ, ਕਿਉਂਕਿ ਇਹਨਾਂ ਦੇ 3 ਕਬੂਤਰ ਹੈਗੇ, 2 ਨੰਗੇ ਸੀ ਇਹਨਾਂ ਦੇ ਨਾਲ ਜਿਹੜੀ ਮੇਰੀ ਗੱਲਬਾਤ, ਤੇ ਮੈਂ ਕਿਹਾ ਹਾਂਜੀ, ਕਹਿੰਦੇ ਯਾਰ ਆਹ ਥੱਲੇ ਉੱਡੇ ਦੇ, ਮੈਂ ਕਿਹਾ ਹੈਗੀ ਉੱਤੇ 2 ਕਬੂਤਰ ਖੜੇ ਰਹੇ ਨੇ, ਪਹਿਲੇ ਸ਼ੋਅ ਹੁੰਦੇ ਰਹੇ ਨੇ, ਫਿਰ ਬਿਲਕੁਲ ਹੀ ਬ੍ਰੇਕ ਬੰਦ ਹੋ ਗਏ, ਫਿਰ ਉਹ ਜ਼ਿਆਦਾ ਹਾਈਟ ਕਰ ਗਏ, ਕਿਉਂਕਿ ਇਹ ਵੀ ਹਾਈਟ ਕਰਦੇ ਗਏ ਨੇ ਕਬੂਤਰ ਉੱਤੇ, ਉਹ ਵਾਪਸ ਉੱਤੇ ਪਲਟ ਗਏ ਨੇ ਕਬੂਤਰ, ਉੱਤੇ ਪਲਟ ਗਏ ਨੇ, ਉਹ ਫਿਰ ਨਿਕਲੇ ਹੀ ਨਹੀਂ ਕਬੂਤਰ, ਗਰਮੀ ਦੇ ਕਬੂਤਰ ਬਰਬਾਦ ਬਾਈ, ਮੌਸਮ ਉਂਝ ਸ਼ਾਮ ਦੇ ਟਾਈਮ ਤੁਹਾਡੇ ਸਾਹਮਣੇ, ਸਹੀ ਗੱਲ, ਬਦਲ ਬੁਦਲ ਆ ਗਏ, ਠੰਡਾ ਮੌਸਮ ਹੋ ਗਿਆ, ਕੰਮ ਖਰਾਬ ਹੋ ਗਿਆ, ਕਿਉਂਕਿ ਹਰ ਬੰਦੇ ਨੇ ਨਾ ਕਬੂਤਰ ਬਣਾਏ ਹੋਏ ਸੀ, ਗਰਮ ਕੀਤੇ ਹੋਏ ਸੀ, ਕੁੰਦੇ ਗਰਮ ਸੀ, ਉੱਡ ਉੱਡ ਕੇ ਥਕਾਵਟ ਵੀ ਹੋਈ ਹੁੰਦੀ ਹੈ, ਕੰਮ ਤੇ ਭੇਜੇ ਹੋਏ ਸੀ ਇਹਨਾਂ ਨੇ ਕਬੂਤਰ, ਪੂਰੇ ਛੇੜ ਛੂੜ ਛੇੜ ਛਡਾ ਕੇ ਕਬੂਤਰ ਕਰਕੇ ਆਏ, ਤੇ ਮੈਂ ਇੱਥੇ ਬੈਠਾ ਰਿਹਾ, ਤੇ 8 ਵਜੇ ਨੇ ਤਕਰੀਬਨ 8:30 ਵਜੇ ਨੇ, ਤੇ ਹਲਕੇ ਹਲਕੇ ਹਵਾ ਛੁੱਟੀ, ਮੈਂ ਕਿਹਾ ਯਾਰ ਮੌਸਮ ਤੇ ਬੜਾ ਸੋਹਣਾ ਹੋ ਗਿਆ, ਉਹ ਇੱਕਦਮ ਹੀ ਬੱਦਲ ਕੀ ਕਹਿੰਦੇ ਨੇਰ ਪਿਆ, ਤੇ ਅਸੀਂ ਫਿਰ ਪੜ ਲਓ ਅੰਦਰ ਵੜ ਗਏ ਅਸੀਂ, ਬਾਕੀ ਜੋ ਮਾਲਕ ਨੂੰ ਦੁਆ ਕਰੋ, ਜੇੜ ਲਾਣਾ ਯਾਰ, ਪੈਕਿੰਗ ਦੀਆਂ ਬਾਜ਼ੀਆਂ ਲੱਗਣੀਆਂ ਨੇ ਸਾਡੀਆਂ, ਥੜੇ ਦੀਆਂ ਵੀ ਲੱਗਣੀਆਂ ਨੇ, ਲੇਕਿਨ ਦੁਆ ਕਰੋ ਸਵੇਰੇ ਕਬੂਤਰ ਸਾਡੇ ਆ ਜਾਣਗੀਆਂ, ਜੇ ਕਿਸੇ ਭਰਾ ਨੇ ਫੜ ਲੈਣੇ ਤਾਂ ਪੈਸੇ ਲੈ ਕੇ ਦੇ ਦੇਵੇ ਸਾਨੂੰ, ਅਸੀਂ ਪੋਸਟ ਲਾ ਦਿਆਂਗੇ ਆਪਣੇ ਕਬੂਤਰਾਂ ਦੀ, ਬਾਕੀ ਸਵੇਰੇ ਪਤਾ ਲੱਗ ਜਾਏਗਾ ਕੀ ਹੋਇਆ ਤੇ ਕੀ ਨਹੀਂ ਹੋਇਆ, ਕੀ ਨਹੀਂ ਹੋਇਆ, ਜੈਰ ਮਨਾਸਾ ਮੰਗਣਾ ਤੁਹਾਡੀ ਮਿਹਰਬਾਨੀ। ਸਹੀ ਗੱਲ। ਅੱਛਾ ਉਸਤਾਦ ਜੀ, ਇਹੋ ਜਿਹੇ ਮੌਸਮ ਚ ਕਬੂਤਰ ਅਗਰ ਕਿਤੇ ਬੈਠਾ ਹੋਇਆ ਤੇ ਉਹ ਵੱਜ ਜਾਂਦਾ? ਹਾਂਜੀ, ਬੈਠ ਕਬੂਤਰ ਨਾ, ਕੋ ਬਿੱਲੀ ਕੁੱਤਾ ਬੰਦਾ ਫੜੇ ਤੇ ਵੱਜ ਜਾਂਦਾ ਨਾ, ਕੁੱਤੇ ਕੋਲ ਵੱਜ ਜਾਵੇਗਾ, ਹਾਂ ਤੋ ਘਰ ਆ ਜਾਏਗਾ, ਘਰ ਆਈਏਗਾ। ਹਾਂਜੀ, ਵੈਸੇ ਨਹੀਂ ਅਗਰ ਉੱਡਦਾ ਆ, ਦੇਖੋ ਨਾ ਵੈਸੇ ਹੀ ਵੱਜ ਜਾਏਗਾ, ਪਤਾ ਕਿਵੇਂ ਤੇ ਬਾਅਦ ਚ ਲੋਕਾਂ ਨੇ ਛੱਤੇ ਚੜਨਾ ਨਹੀਂ, ਉਹ ਛੱਤੇ ਬਹਿ ਗਿਆ, ਵੱਡੀ ਗੱਲ ਹੈ ਕਿ ਉਹਦੇ ਕੋਲ ਬਚ ਹੀ ਜਾਏਗਾ, ਬਿੱਲੀ ਕੁੱਤੇ ਕੋਲ ਵੀ ਬਚ ਜਾਏ, ਕਿਉਂ ਬਚ ਜਾਏਗਾ ਕਿ ਬਾਅਦ ਚ ਬਿੱਲੀ ਨੇ ਵੀ ਬਾਹਰ ਨਹੀਂ ਆਉਣਾ, ਇਨਸਾਨ ਨੇ ਵੀ ਛੱਤੇ ਨਹੀਂ ਚੜਨਾ, ਅਗਰ ਬੈਠੇ ਹੋਏ ਨੇ ਤੇ ਉਹ ਬਚ ਜਾਣਗੇ, ਦਰਖਤ ਤੇ ਬੈਠੇ ਤਾਂ ਵੀ ਬਚ ਜਾਣਗੇ, ਉੱਚੀ ਜਗ੍ਹਾ ਤੇ ਬੈਠਦਾ ਕਬੂਤਰ ਬਚ ਹੀ ਜਾਣ ਤੇ ਬਚ ਜਾਂਦੇ ਤੇ ਆ ਜਾਂਦਾ, ਤਲਾ ਕਦੇ ਸਭ ਦੇ ਹੀ ਆ ਜਾਂਦੇ, ਸਾਡੇ ਵੀ ਆ ਜਾਣ। ਸਹੀ ਗੱਲ ਹੈ, ਸਾਰਿਆਂ ਲਈ ਅਸੀਂ ਦੁਆ ਗੁਆ ਗਏ, ਸਾਰਿਆਂ ਨੂੰ ਬੈਸਟ ਆਫ ਲੱਕ ਕਹਿੰਦੇ ਆ, ਸਾਡੀ ਦੁਆ ਹੈ ਸਾਰਿਆਂ ਦੇ ਕਬੂਤਰ ਕੱਲ ਜਿੰਨਾ ਰਾਤ ਰਹੇ ਉਹ ਆ ਜਾਣ, ਤੇ ਉਮੀਦ ਕਰਨਾ ਤੁਹਾਡੀ ਵੀਡੀਓ ਪਸੰਦ ਆਏਗੀ। ਅੱਲਾਹ ਹਾਫਿਜ਼।